खबर लुधियाना दे बस अड्डे तो आ रही है जिथे कि पंजाब सरकार द्वारा बसां नूं पहला 50% सवारी दी इजाजत दित्ती गई सी। उत्थे ही जद प्राइम उधरी टीम ने बस अड्डे ते जाके संबंधित उच्च अधिकारियों नाल गलबात कीती तां उन्हां दस्सिया कि हुण बसां विच 100% सवारी दी इजाजत दे दित्ती गई है। इस संबंधी जानकारी दिंदे हुए ट्रैफिक मैनेजर रोडवेज लुधियाना सुखजीत सिंह ने दस्सिया कि सरकार ने हुण पूरी सवारी दी इजाजत दे दित्ती है, जबकि इस तों पहला सिर्फ 50% सवारी दी इजाजत दित्ती गई सी। मेरा नाम सुखजीत सिंह गरेवाल, मैं ट्रैफिक मैनेजर हूँ लुधियाने। तो जिहड़ियां 50% वल असीं सवारी बिठाउंदे सी, जिहना लगभग 25 सवारियां बस जांदियां सी, हुण इह पूरी खुल हो गई है ते सवारियां जिहड़ियां उहदी गिणती 50 तक भी हो सकदी है। ते इहदे नाल साडा जिहड़ा भार हैगा, खर्चा हैगा, उह ते साडा बचत निकलण दे चांसिस वध गए। ਕੋਈ ਵੀ ਸਵਾਰੀ ਜਿਹੜੀ ਆ ਉਹ ਬਿਨਾਂ ਮਾਸਕ ਤੋਂ ਅਸੀਂ ਬੱਸ ਨਹੀਂ ਬਿਠਾਵਾਂਗੇ। ਉਸ ਤੋਂ ਪਹਿਲਾਂ ਅਸੀਂ ਉਹਨੂੰ ਟਿਕਟ ਤੋਂ ਪਹਿਲਾਂ ਵੀ ਸੈਨੇਟਾਈਜ਼ ਕਰਦੇ ਹਾਂ, ਬੱਸ ਵੀ ਸੈਨੇਟਾਈਜ਼ ਹੋਈ ਹੁੰਦੀ ਹੈ। ਅਤੇ ਜਿਹੜਾ ਵੀ ਰੂਟ 'ਤੇ ਜਾਣੀ ਹੈ ਉਹ 'ਚ ਕੋਈ ਸਟੈਂਡਿੰਗ ਸਵਾਰੀ ਨਹੀਂ ਹੋਣੀ ਚਾਹੀਦੀ। ਡਰਾਈਵਰ ਕੰਡਕਟਰ ਦਾ ਆਪਣਾ ਡਿਸਟੈਂਸ ਹੋਊਗਾ, ਸਵਾਰੀਆਂ ਦਾ ਆਪਣਾ ਪਿੱਛੇ ਹੋਣੀ ਹੈ। ਅਸੀਂ ਪਹਿਲਾਂ 50% 'ਤੇ ਚੱਲਦੇ ਸੀ, ਜੇ ਹੁਣ 100% 'ਤੇ ਚੱਲਾਂਗੇ ਨੈਚੁਰਲੀ ਇਹ ਸਾਰੇ ਖਰਚੇ ਪੂਰੇ ਹੋ ਜਾਣਗੇ। ਅਤੇ ਇਹਦੇ ਨਾਲ ਆਵਾਜਾਈ ਦਾ ਜਿਹੜਾ ਲੋਕਾਂ ਨੂੰ ਕਠਿਨਾਈ ਆਉਂਦੀ ਆ ਉਹ ਵੀ ਦੂਰ ਹੋਊਗੀ। ਨਹੀਂ, ਅਸੀਂ ਪੰਜਾਬ 'ਚ ਹੀ ਚਲਾ ਸਕਦੇ ਹਾਂ ਇਹਨਾਂ ਨੂੰ, ਉਹਦੇ 'ਚ ਅਸੀਂ ਇੰਟਰਸਟੇਟ ਨਹੀਂ ਹੈ ਚਲਾ ਸਕਦੇ। ਨਹੀਂ, ਅਜੇ ਇੰਟਰਸਟੇਟ 'ਤੇ ਕੋਈ ਹੁਕਮ ਚੱਲ ਨਹੀਂ ਹੈ। ਹਾਂਜੀ ਸਰ, ਜਿਹੜੀ ਆ ਪੰਜਾਬ ਸਰਕਾਰ ਨੇ ਪਹਿਲਾਂ 25 ਸਵਾਰੀਆਂ ਲਾਗੂ ਕੀਤਾ ਸੀ ਬੱਸਾਂ 'ਚ, ਹੁਣ ਇਹ 'ਚ ਵਾਧਾ ਪਾਉਂਦੇ ਹੋਏ ਇਹ 'ਚ ਤੁਹਾਨੂੰ ਕਿੰਨੀ ਕੁ ਰਾਹਤ ਮਿਲੀ ਅਤੇ ਕੀ ਇੰਸਟਰਕਸ਼ਨ ਨੇ ਜਿਹੜੀਆਂ ਤੁਹਾਨੂੰ ਤੁਹਾਡੇ ਨਾਲ ਫਾਇਦਾ ਹੋਏਗਾ? ਸਰਕਾਰ ਨੇ ਸਾਨੂੰ ਕਿਹਾ ਜਿਹੜੀ ਸਵਾਰੀ ਪੈਸੇਂਜਰ ਬੈਠੂਗੀ ਉਹ ਆਪਣਾ ਮਾਸਕ ਪਾ ਕੇ ਬੈਠੂਗੀ, ਜੋ ਸਰਕਾਰ ਵੱਲੋਂ ਹਦਾਇਤ ਅਸੀਂ ਉਹਦੀ ਪੂਰੀ ਪਾਲਣਾ ਕਰਾਂਗੇ। ਠੀਕ ਹੈ ਜੀ, ਜੋ ਬਾਕੀ ਇਹ ਕੋਵਿਡ ਦੇ ਗਏ ਨੇ ਸਾਡੀ ਗੱਡੀਆਂ ਵੀ ਅਸੀਂ ਵਾਸ਼ ਵੀ ਕਰਦੇ ਹਾਂ, ਸਪਰੇਅ ਵਗੈਰਾ ਸਾਰੇ ਕਰ ਰਹੇ ਹਾਂ, ਕੋਈ ਐਸੀ ਗੱਲ ਨਹੀਂ ਹੈਗੀ। ਅਤੇ ਜਿਹੜੀ ਵੀ ਇਹਦੇ ਨਾਲ ਸਾਨੂੰ ਰਾਹਤ ਇਹੀ ਹੈ ਵੀ ਜਿਹੜੀ ਰਸਤੇ ਵਿੱਚ ਜਿਹੜੀ ਸਵਾਰੀ ਸਾਨੂੰ ਸੀਗੀ ਸਾਨੂੰ ਉਹ ਮਿਲਣ ਲੱਗ ਜੂਗੀ। ਫਿਲਹਾਲ ਤਾਂ ਕੋਈ ਇੱਦਾਂ ਦੀ ਹੈ ਨਹੀਂ ਵੀ ਕੋਈ 25 ਸਵਾਰੀ ਜਾਂਦੀਆਂ ਨੇ, ਗੱਡੀ ਭਰਤੀ ਭੁਰਤੀ ਰਹੇ, ਸਵਾਰੀ ਬਹੁਤ ਘੱਟ ਆ। ਜੇ ਅਦਾਰੇ ਬੰਦ ਪਏ ਨੇ, ਸਰਕਾਰੀ ਅਦਾਰੇ ਬੰਦ ਪਏ ਨੇ, ਸਕੂਲ ਬੰਦ ਪਏ ਨੇ, ਆਈਲੈਟਸ ਦੀ ਜੋ ਕਲਾਸਾਂ ਕਲੂਸਾਂ ਲਾਉਂਦੇ ਬੱਚੇ ਉਹ ਸੀਗੇ ਹੁੰਦੇ ਸਾਡੇ ਨਾਲ, ਉਹ ਵੀ ਬੰਦੇ ਹੀ ਨੇ। ਅਸੀਂ ਸਰ ਉਹਦੀ ਥਰਮਲ ਸਕਰੀਨਿੰਗ ਕਰਦੇ ਹਾਂ, ਅਤੇ ਜੋ ਸਾਡਾ ਕੰਡਕਟਰ ਆ ਉਹ ਮਾਸਕ ਪਾ ਕੇ ਰੱਖਦਾ, ਡਰਾਈਵਰ ਮਾਸਕ ਪਾ ਕੇ ਰੱਖਦਾ, ਅਤੇ ਉਹਨਾਂ ਦੇ ਹੈਂਡ ਵਾਸ਼ ਕਰਾਉਂਦੇ ਹਾਂ। ਤੁਸੀਂ ਇਹੀ ਨੇ ਬਾਕੀ ਗੱਡੀ ਦੇ ਵਿੱਚ ਜੋ ਜਦੋਂ ਸਵੇਰੇ ਸ਼ੁਰੂ ਕਰਦੇ ਹਾਂ ਉਹਦੇ ਸਪਰੇ ਵਗੈਰਾ ਕਟਾਉਣ ਮਾਰਨ ਕਰ ਰਹੇ ਹਾਂ। ਨਹੀਂ, ਹਜੇ ਤਾਂ ਜੀ ਕੋਈ ਵਾਧਾ ਨਹੀਂ ਹੈਗਾ, ਹਜੇ ਤਾਂ ਉਹੀ ਪੈਸੇਂਜਰ ਉਨੇ ਗਏ ਨੇ। ਕੁਛ ਜਿਹੜੀ ਸਰਕਾਰ ਦੇ ਜੋ ਉਹਨਾਂ ਨੇ ਕਹੇ ਨੇ ਉਹਦੇ 1-2 ਦਿਨਾਂ ਵਿੱਚ ਅਸਰ ਹੋ ਜੂਗਾ, ਸ਼ੁਰੂ ਹੋ ਜੂਗਾ। ਪ੍ਰਾਈਮ ਦੇ ਲਈ ਲੁਧਿਆਣਾ ਤੋਂ ਮਨੋਜ ਕੁਮਾਰ ਹੀਰਾ ਦੀ ਰਿਪੋਰਟ।